ਚੈਰੀਟੇਬਲ ਸੁਸਾਇਟੀ ਵੱਲੋਂ 151 ਕਰੋੜ ਰੁਪਏ ਦਾ 2019-20 ਸਾਲ ਦਾ ਸਾਲਾਨਾ ਬਜਟ ਪੇਸ਼ ਕੀਤਾ ਗਿਆ। ਸਭ ਤੋਂ ਪਹਿਲਾਂ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਉਸਦੇ ਬਾਅਦ ਸਾਰੀ ਬਜਟ ਦੀ ਕਾਰਵਾਈ ਸ਼ੁਰੂ ਕੀਤੀ ਗਈ, ਜਿਸ ਵਿੱਚ ਜਨਰਲ ਹਾਊਸ ਦੀ ਪ੍ਰਧਾਨਗੀ ਨਿਰਮਲ ਸਿੰਘ ਠੇਕੇਦਾਰ ਨੇ ਕੀਤੀ ਅਤੇ ਬਜਟ ਸੁਰਿੰਦਰ ਸਿੰਘ ਰੁਮਾਲਿਆ ਵਾਲੇ ਨੇ ਪੇਸ਼ ਕੀਤਾ। ਇਸ ਮੌਕੇ ਤੇ ਚੀਫ ਖਾਸ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਰਾਜ ਮਹਿੰਦਰ ਸਿੰਘ ਮਜੀਠੀਆ, ਸੀਨੀਅਰ ਮੈਂਬਰ ਭਾਗ ਸਿੰਘ ਅਣਖੀ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂ ਨੰਗਲ, ਵਾਈਸ ਪ੍ਰਧਾਨ ਇੰਦਰਬੀਰ ਸਿੰਘ ਨਿੱਜਰ, ਬੰਬਰਜੀਤ ਸਿੰਘ ਵਿਕਰਾਂਤ, ਪ੍ਰਧਾਨ ਹਰਮਿੰਦਰ ਸਿੰਘ ਫਰੀਡਮ ਆਦਿ ਇਸ ਮੌਕੇ ਉੱਤੇ ਮੌਜੂਦ ਸਨ। ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਦੱਸਿਆ ਕਿ ਦੋਸ਼ੀ ਖਿਲਾਫ਼ ਕਾਰਵਾਈ ਕਰਦਿਆਂ ਦੀਵਾਨ ਦੇ ਮੈਂਬਰ ਨੂੰ ਉਸਦੀ ਦੀਵਾਨ ਦੀ ਮੁੱਢਲੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਗਈ। ਉਹਨਾਂ ਆਖਿਆ ਕਿ ਇਹ ਹਰਕਤ ਦੀ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਖ਼ਤ ਨਿਖੇਧੀ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦਾ ਅਨੁਮਾਨਿਤ ਬਜਟ ਅੱਜ ਪਾਸ ਹੋ ਗਿਆ। ਫਿਰ ਵੀ ਅਸੀਂ ਜੋ ਧਰਮ ਪ੍ਰਚਾਰ ਲਈ ਅਸੀਂ 2 ਕਰੋੜ ਰੁਪਈਆ ਰੱਖਿਆ, ਉਸ ਤੋਂ ਬਾਅਦ ਵੱਧ ਤੋਂ ਵੱਧ ਜੋ ਖਰਚ ਇੱਥੇ ਹੋਏਗਾ ਧਰਮ ਲਈ, ਗੁਰੂ ਨਾਨਕ ਸਾਹਿਬ 5.5 ਸਾਲ ਮਨਾ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ, ਹੋਰ ਬਿਲਡਿੰਗਾਂ ਲਈ ਨਵੇਂ ਬਹੁਤ ਨਵੇਂ ਪ੍ਰੋਜੈਕਟ ਚਾਲੂ ਕਰ ਰਹੇ ਹਾਂ। ਗੁਰੂ ਮੇਹਰ ਕੇ ਸਤਿਗੁਰੂ ਅਰਦਾਸ ਹੈ, ਸਤਿਗੁਰੂ ਸਾਡੇ ਜਿਹੜੇ ਇਰਾਦੇ ਨੇ ਉਹ ਸਫਲ ਕਰਨ ਦੀ ਕਿਰਪਾ ਕਰ। ਅਸੀਫਾ ਦੇ ਦਿੱਤਾ, ਉਹ ਕਹਿੰਦੇ ਮੈਂ ਨਹੀਂ ਪਾਇਆ, ਗਲਤੀ ਨਾਲ ਕਿਸੇ ਨੇ ਪਾਤਾ, ਫਿਰ ਵੀ ਉਹਨਾਂ ਨੇ ਸਾਡੇ ਪੁਰਾਣੇ ਮੈਂਬਰ ਨੇ ਉਹਨਾਂ ਅਸਤੀਫਾ ਪ੍ਰਧਾਨ ਜੀ ਨੂੰ ਭੇਜਤਾ। ਨਹੀਂ ਪਰਚਾ ਵਾਲੀ ਗੱਲ, ਅਸਤੀਫਾ ਦਿੱਤਾ, 75 ਸਾਲ ਦੀ ਉਮਰ ਆ, ਜੇ ਕਿਸੇ ਨੇ ਗਲਤੀ ਨਾਲ ਪਾਇਆ, ਗਲਤੀ ਮੰਨਦਾ ਪਿਆ, ਪਰ ਇਸ ਤੋਂ ਉੱਤੇ ਕੀ ਹੋਣਾ ਚਾਹੀਦਾ।